ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਸ ਦਾ ਨਾਮ ਹੈ ਅਮਿਤ ਜਿੰਦਲ ਪਿਆਰੇ ਵਿਦਿਆਰਥੀਓ ਅ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਸੂਚਨਾ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਵੱਲੋਂ ਘਰ ਘਰ ਯੋਜਨਾ ਦੇ ਤਹਿਤ ਘਰ ਘਰ ਰੋਜ਼ਗਾਰ ਦੇ ਤਹਿਤ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ 23 April 2021 ਦੀ ਮਿਤੀ ਦੇ ਵਿੱਚ ਜਿਦੇ ਵਿੱਚ ਦੱਸਿਆ ਗਿਆ ਹੈ ਕਿ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਲਾਸ ਬਾਰਡਰ ਏਰੀਆ ਜਿਹਦੇ ਵਿੱਚ ਸਾਇੰਸ ਵਿਸ਼ੇ ਦੀਆਂ 518 ਅੰਗਰੇਜ਼ੀ ਦੀਆਂ 380 ਤੇ ਮੈਥ ਦੀਆਂ 595 ਤਾਂ ਇਹ ਕੁੱਲ 1493 ਵੈਕੈਂਸੀ ਬਣਦੀਆਂ ਨੇ ਜੋ ਕਿ ਬੈਕਲੌਗ ਦੀਆਂ ਸੀ ਇਸ ਤੋਂ ਇਲਾਵਾ ਜੋ ਫਰੈਸ਼ ਭਰਤੀ ਆ ਉਹ ਅੰਗਰੇਜ਼ੀ ਵਿਸ਼ੇ ਦੀ 899 ਨਵੀਆਂ ਅਸਾਮੀਆਂ ਭਰਨ ਦੇ ਲਈ ਵਿਭਾਗ ਨੇ ਕੁਝ ਦਿਨ ਪਹਿਲਾਂ ਨੋਟੀਫਿਕੇਸ਼ਨ ਦਿੱਤਾ ਸੀ ਜੋ ਕਿ এডਿਕੇਸ਼ਨ ਐਂਡ ਰਿਕਰੂਟਮੈਂਟ ਬੋਰਡ.com ਤੇ ਮੌਜੂਦ ਹੈ ਜਿਦੇ ਵਿੱਚ ਐਪਲੀਕੇਸ਼ਨਾਂ ਭਰਨ ਦੇ ਲਈ ਮੰਗਿਆ ਗਿਆ ਸੀ ਕਿ 1 ਮਈ 2021 ਲਾਸਟ ਮਿਤੀ ਹੈ ਪਰੰਤੂ ਦੱਸਿਆ ਗਿਆ ਜੀ ਕੁਝ ਵਿਭਾਗੀ ਕਾਰਨਾ ਕਰਕੇ ਵੈਬਸਾਈਟ ਦੇ ਉੱਪਰ ਕੁਝ ਤਕਨੀਕੀ ਖਾਮੀਆਂ ਦੇ ਕਰਕੇ ਕਈ ਉਮੀਦਵਾਰ ਉਮੀਦਵਾਰਾਂ ਵੱਲੋਂ ਕਈ ਦਿਨਾਂ ਤੱਕ ਇਹ ਆਨਲਾਈਨ ਐਪਲੀਕੇਸ਼ਨਾਂ ਨਹੀਂ ਜੋ ਅਪਲਾਈ ਨਹੀਂ ਕੀਤੀਆਂ ਜਾ ਸਕੀਆਂ ਇਸ ਕਰਕੇ ਸਰਕਾਰ ਨੇ ਹੁਣ ਡਾਇਰੈਕਟਰ ਭਰਤੀ ਸਿੱਖਿਆ ਡਾਇਰੈਕਟੋਰੇਟ ਨੇ ਹੁਣ ਉਹਨਾਂ ਭਰਤੀਆਂ ਲਈ ਅਪਲਾਈ ਕਰਨ ਦੀ ਮਿਤੀ ਹੈ ਜਿਹੜੀ 1 ਮਈ ਤੋਂ ਵਧਾ ਕੇ 17 ਮਈ ਕਰ ਦਿੱਤੀ ਹੈ ਤੁਸੀਂ ਹੁਣ 17 ਮਈ 2021 ਤੱਕ educationalrecruitmentboard.com ਦੇ ਉੱਪਰ ਜਾ ਕੇ ਉਪਲਬਧ ਵਿਗਿਆਪਨ ਦੇ ਅਨੁਸਾਰ ਤੁਸੀਂ ਇਹ ਆਪਣੀਆਂ ਪੋਸਟਾਂ ਭਰ ਸਕਦੇ ਹੋ ਪੋਸਟਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ 17 ਮਈ 2021 ਹੈ ਜੋ ਉਹੋ ਲਾਸਟ ਡੇਟ ਜੋ ਇਹਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ ਵੱਖ-ਵੱਖ ਵਿਸ਼ੇ ਦੀਆਂ ਪੋਸਟਾਂ ਨੇ ਸਾਇੰਸ ਦੀ ਅੰਗਰੇਜ਼ੀ ਤੇ ਮੈਥ ਦੀ ਬੈਕਲੌਗ ਦੀਆਂ ਪੋਸਟਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਨੇ ਜੋ 899 ਨਵੀਆਂ ਅਸਾਮੀਆਂ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ